ਅਜੇ ਨਾਲੇ ਦਾ ਕੁਲਦੀਪ ਧਾਲੀਵਾਲ ਜਿਸ ਨੂੰ ਪੰਜਾਬ ਜਾਣਨ ਲੱਗਿਆ ਸੀ ਕਿ ਇਹ ਮਾਫੀਆ ਚੜਾਉਣ ਵਾਲਾ, ਇਹ ਪੰਚਾਇਤੀ ਜ਼ਮੀਨਾਂ ਨੂੰ ਚੜਾਉਣ ਵਾਲਾ, ਉਹ ਤੋਂ ਬਾਅਦ ਮਹਿਕਮੇ ਤੁਹਾਡੇ ਤੋਂ ਲੈ ਲਏ ਨੇ, ਪਰ ਪਾਰਟੀ ਨੇ ਫਿਰ ਤੁਹਾਨੂੰ ਮੈਂਬਰ ਪਾਰਲੀਮੈਂਟ ਦੀ ਟਿਕਟ ਦੇਣਾ। ਮੈਂ ਤਾਂ ਹਿੱਕ ਠੋਕ ਕੇ ਕਹਿੰਦਾ ਕਿ ਮੈਂ 11,000 acres ਜ਼ਮੀਨ ਚੜਾਈ ਇੱਕ ਸਾਲ, ਇਹਨਾਂ ਨੇ 11 ਮਰਲੇ ਵੀ ਚੜਾਈ ਪੰਜਾਬ ਸਰਕਾਰ ਦੀ, ਕਿਤੇ ਮੈਨੂੰ ਦੱਸ ਦੱਬੀ ਇਹਨਾਂ ਨੇ ਕਿੰਨੀਆਂ। ਉਹ ਮਜੀਠੀਆ ਪੋਲਟਿਕਸ ਗਈ ਜੀ, ਸਾਰਾ ਬੜੂਈਆ ਰਹਿ ਗਏ। ਸਵਾਲ ਤੁਹਾਡੀ ਪਾਰਟੀ ਦੇ ਲੀਡਰ ਵੀ ਚੱਕ ਰਹੇ ਨੇ, ਕੁਮਰ ਵਿਜੇ ਪ੍ਰਤਾਪ ਨੇ ਕੱਲ੍ਹ ਹੀ ਉਹਨਾਂ ਨੇ ਕਿਹਾ ਕਿ ਤਲਵੀਰ ਗਿੱਲ ਨੂੰ ਸ਼ਾਮਿਲ ਕਰ ਲਿਆ, ਇਹ ਗਲਤ ਹੋ ਰਿਹਾ ਪਾਰਟੀ ਦੇ ਵਿੱਚ, ਉਹ ਪਹਿਲਾਂ ਵੀ ਉਹਨਾਂ ਨੇ ਸਵਾਲ ਉਠਾਏ ਸੀ ਨਸ਼ੇ ਦੇ ਮੁੱਦੇ ਨੂੰ ਲੈ ਕੇ, ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਸਾਡੇ ਲਈ ਲੀਡਰਾਂ ਲਈ ਇਹ ਤਾਂ ਵੱਡੀ ਕਿੰਨੀ ਸ਼ਰਮ ਦੀ ਗੱਲ ਹੈ ਕਿ 75 ਸਾਲ ਬਾਅਦ ਲੋਕ ਸੀਵਰੇਜ ਮੰਗੀ ਜਾਂਦੇ ਆ। ਪ੍ਰਾਈਮੇਸ਼ੀਆ ਟੀਵੀ ਤੇ ਤੁਹਾਡਾ ਸਵਾਗਤ ਹੈ, ਮੈਂ ਹਾਂ ਆਨੰਦਪ੍ਰੀਤ ਸਿੰਘ। ਅਕਸਰ ਪੰਜਾਬ ਦੇ ਵਿੱਚ ਮਾਝੇ ਦੀ ਜਰਨੈਲੀ ਦਾ ਰੌਲਾ ਪੈਂਦਾ ਹੈ, ਇੱਥੋਂ ਕਿਹੜਾ ਲੀਡਰ ਭਾਰੂ ਹੈ, ਇੱਥੇ ਦੀ ਸਿਆਸਤ ਪੰਜਾਬ ਦੀ ਸਿਆਸਤ ਨੂੰ ਪ੍ਰਭਾਵਿਤ ਕਰਦੀ ਹੈ। ਅੱਜ ਅਸੀਂ ਲੋਕ ਸਭਾ ਸੀਟ ਅੰਮ੍ਰਿਤਸਰ ਸਾਹਿਬ ਦੀ ਗੱਲ ਕਰਨੀ ਹੈ। ਆਮ ਆਦਮੀ ਪਾਰਟੀ ਨੇ ਇੱਥੇ ਆਪਣੀ ਹੀ ਸਰਕਾਰ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਸਾਹਿਬ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ। ਕੁਲਦੀਪ ਸਿੰਘ ਧਾਲੀਵਾਲ ਉਦੋਂ ਚਰਚਾ 'ਚ ਆਉਂਦੇ ਨੇ ਜਦੋਂ ਉਹ ਟਰੈਕਟਰ 'ਤੇ ਚੜ੍ਹ ਕੇ ਜ਼ਮੀਨਾਂ ਚੜਾਉਂਦੇ ਹੋਏ ਨਜ਼ਰ ਆਉਂਦੇ ਨੇ, ਅਤੇ ਲਗਾਤਾਰ ਉਹ ਮਾਫੀਆ ਦੇ ਨਾਲ, ਚਾਹੇ ਉਹ ਖੇਤੀਬਾੜੀ ਸੈਕਟਰ ਦੇ ਵਿੱਚ ਹੋਵੇ, ਤਾਂ ਉਹ ਲਗਾਤਾਰ ਇੱਕ ਆਡਾ ਲੈਂਦੇ ਹੋਏ ਨਜ਼ਰ ਆਉਂਦੇ ਨੇ। ਹਾਲਾਂਕਿ ਬਾਅਦ ਦੇ ਵਿੱਚ ਪ੍ਰਵਾਸੀ ਭਾਈਚਾਰਿਆਂ ਦੇ ਸੰਬੰਧ ਦੇ ਵਿੱਚ ਵੀ ਉਹਨਾਂ ਨੇ ਕਾਫੀ ਕੰਮ ਕੀਤਾ, ਪਰ ਹੁਣ ਉਹਨਾਂ ਦੀ ਪਾਰਟੀ ਨੇ ਉਹਨਾਂ ਨੂੰ ਉਮੀਦਵਾਰ ਬਣਾਇਆ। ਗੱਲਬਾਤ ਅਸੀਂ ਉਹਨਾਂ ਨਾਲ ਕਰਦੇ ਹਾਂ, ਉਹਨਾਂ ਦਾ ਕੀ ਵਿਜ਼ਨ ਹੈ ਅੰਮ੍ਰਿਤਸਰ ਨੂੰ ਲੈ ਕੇ, ਉਹ ਕੀ ਸੋਚ ਰਹੇ ਨੇ, ਲੜਾਈ ਕਿਸ ਦੇ ਨਾਲ ਹੈ, ਕਿਹੜੀ ਪਾਰਟੀ ਇੱਥੋਂ ਜਿੱਤ ਸਕਦੀ ਹੈ, ਸਮੀਕਰਨ ਕੀ ਰਹਿ ਸਕਦੇ ਹਾਂ, ਧਾਲੀਵਾਲ ਸਾਹਿਬ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਧਾਲੀਵਾਲ ਸਾਹਿਬ ਬਹੁਤ ਬਹੁਤ ਸਵਾਗਤ, ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਤੁਹਾਡਾ ਮਨਪ੍ਰੀਤ ਜੀ, ਤੁਸੀਂ ਆਇਓ, ਧੰਨਵਾਦ ਤੁਹਾਡਾ। ਧਾਲੀਵਾਲ ਸਾਹਿਬ, ਮਾਝੇ ਦੀ ਜਰਨੈਲੀ ਦਾ ਰੌਲਾ ਪੈਂਦਾ ਸੀ, ਤੁਹਾਡੀ ਪਾਰਟੀ ਦਾ ਜਰਨੈਲ ਕੌਣ ਹੈ ਮਾਝੇ? ਨਹੀਂ, ਇੱਕ ਤਾਂ ਪਹਿਲੀ ਗੱਲ ਇਹ ਹੈ ਕਿ ਦੇਖੋ, ਇਹ ਜਿਹੜਾ ਜਰਨੈਲੀ ਵਾਲਾ ਸ਼ਬਦ ਹੈ ਨਾ ਯਾਰ, ਇਹ ਬਹੁਤ ਗਲਤ ਹੈ, ਇਹ ਨਹੀਂ ਯੂਜ਼ ਕਰਨਾ। ਮੈਂ ਤਾਂ ਆਪਣੇ ਬੰਦਿਆਂ ਨੂੰ ਕਹਿੰਦਾ ਕਿ ਇਹ ਕਦੀ ਨਾ ਯੂਜ਼ ਕਰੋ, ਠੀਕ ਹੈ? ਉੱਦਾਂ ਕਹਿ ਦਿਓ ਮਾਝੇ ਦਾ ਸਰਦਾਰ ਕਹਿ ਦਿਓ, ਮਾਝੇ ਦਾ ਹੋਰ ਕੁਛ ਕਹਿਣਾ। ਜਰਨੈਲ ਤਾਂ ਸਾਡੇ ਇੱਥੇ ਸਰ ਸ਼ਾਮ ਸਿੰਘ ਟਾਰੀ ਵਾਲੇ ਵੱਡੇ ਵੱਡੇ ਜਰਨੈਲ ਹੋਏ, ਅਸੀਂ ਤਾਂ ਉਹਨਾਂ ਦੇ ਪੈਦਾ ਕਰਕੇ, ਔਰ ਜਿਨ੍ਹਾਂ ਨੂੰ ਲੋਕਾਂ ਨੇ ਜਰਨੈਲ ਬਣਾਇਆ ਉਹਨਾਂ ਨੇ ਜਿਹੜੇ ਕਰਤੂਤਾਂ ਕੀਤੀਆਂ, ਉਹ ਲੋਕ ਅਜੇ ਤੱਕ ਰੋਂਦੇ ਫਿਰਦੇ ਆ ਮੁੜ ਕੇ ਜਰਨੈਲਾਂ ਦੀਆਂ ਕਰਤੂਤਾਂ ਨੂੰ। ਸੋ ਮੈਂ ਤਾਂ ਮਾਝੇ ਦਾ, ਮੈਨੂੰ ਇੰਨਾ ਹੀ ਬੜਾ ਪ੍ਰਾਊਡ ਆ ਕਿ ਮੈਂ ਗੁਰੂ ਰਾਮਦਾਸ ਦੀ ਨਗਰੀ, ਬਾਬਾ ਦੀਪ ਸਿੰਘ ਦੀ ਨਗਰੀ, ਗੁਰੂ ਅਰਜਨ ਦੇਵ ਜੀ ਦੀ ਨਗਰੀ, ਮੈਂ ਅੰਮ੍ਰਿਤਸਰ ਦੇ ਵਿੱਚ ਜਨਮ ਲਿਆ, ਮੇਰੇ ਲਈ ਇਹ ਹੀ ਬਹੁਤ ਵੱਡੀ ਗੱਲ। ਅਜੇ ਜਰਨੈਲ ਬਣਨਾ ਬਹੁਤ, ਅਜੇ ਤੇਰੇ ਮਤਲਬ ਉਹ ਕੀ ਕਹਿੰਦੇ ਨੇ ਜਿਹੜਾ ਸਰਤਾਜ ਦਾ ਗੀਤ ਆ, ਬੜੀਆਂ ਲੰਮੀਆਂ ਪੈੜਾਂ ਨੇ ਧਾਲੀਵਾਲ ਤੋਂ ਕੁਲਦੀਪ ਦੀਆਂ, ਸੋਚਦੇ ਕਿ ਜਿਹੜਾ ਸੌਖਾ ਕੰਮ ਨੇ, ਅਤੇ ਜ਼ਿੰਦਗੀ 'ਚ ਮਹਾਂ ਕੁਲਦੀਪ ਧਾਲੀਵਾਲ ਹੀ ਬਣੇ ਆ। ਜਰਨੈਲ ਅਜੇ ਅੱਗੇ ਆ, ਕੋਈ ਵੱਡੇ ਕੰਮ ਕਰਾਂਗੇ ਫਿਰ ਆ, ਅਜੇ ਕੋਈ ਉਹ, ਅਜੇ ਤਾਂ ਦਿੱਲੀ ਜਾ ਕੇ ਜਦੋਂ ਪੰਜਾਬ ਦੀ ਲੜਾਈ ਲੜਾਂਗੇ, ਅੰਮ੍ਰਿਤਸਰ ਦੀ ਲੜਾਂਗੇ, ਮਾਝਾ ਬਾਰਡਰ ਏਰੀਆ ਇਹਦੀ ਲੜਾਈ ਲੜਾਂਗੇ, ਫਿਰ ਆਪਣੇ ਆਪ ਨੂੰ ਕੁਝ ਖਵਾ ਸਕਦੇ ਹਾਂ। ਅਜੇ ਤਾਂ ਕੁਛ ਇੱਦਾਂ ਕੀਤਾ ਨਹੀਂ ਹੁੰਦਾ ਜਿੱਦਾਂ ਚਾਹੀਦਾ। ਅਜੇ ਨਾਲੇ ਦਾ ਕੁਲਦੀਪ ਧਾਲੀਵਾਲ ਜਿਸ ਨੂੰ ਪੰਜਾਬ ਜਾਣਨ ਲੱਗਿਆ ਸੀ ਕਿ ਇਹ ਮਾਫੀਆ ਚੜਾਉਣ ਵਾਲਾ, ਇਹ ਪੰਚਾਇਤੀ ਜ਼ਮੀਨਾਂ ਨੂੰ ਚੜਾਉਣ ਵਾਲਾ, ਟਰੈਕਟਰ 'ਤੇ ਚੜ੍ਹ ਕੇ ਉਹ ਰੂਪ ਜਦੋਂ ਲੋਕਾਂ ਨੇ ਤੁਹਾਨੂੰ ਦੇਖਿਆ, ਉਹ ਲੋਕਾਂ ਨੇ ਤੁਹਾਨੂੰ ਪ੍ਰਵਾਨ ਵੀ ਕੀਤਾ ਉਸ ਰੂਪ ਦੇ ਵਿੱਚ, ਹਾਲਾਂਕਿ ਕਈ ਸਵਾਲ ਵੀ ਖੜ੍ਹੇ ਹੋਏ, ਉਹ ਤੋਂ ਬਾਅਦ ਮਹਿਕਮੇ ਤੁਹਾਡੇ ਤੋਂ ਲੈ ਲਏ ਨੇ, ਪਰ ਪਾਰਟੀ ਨੇ ਫਿਰ ਤੁਹਾਨੂੰ ਮੈਂਬਰ ਪਾਰਲੀਮੈਂਟ ਦੀ ਟਿਕਟ ਦੇਣਾ, ਇਹ ਸਾਰਾ ਕੁਛ ਧਾਲੀਵਾਲ ਸਾਹਿਬ 2 ਸਾਲਾਂ ਦੇ ਵਿੱਚ ਨਹੀਂ ਹੋ ਗਿਆ? ਇੱਕਦਮ ਤੁਹਾਨੂੰ ਬਹੁਤ ਫੇਮ ਮਿਲਿਆ, ਫਿਰ ਇੱਕਦਮ ਜਦੋਂ ਤੁਹਾਡੇ ਮਹਿਕਮੇ ਗਏ ਉਦੋਂ ਵਿਰੋਧੀਆਂ ਨੇ ਸਵਾਲ ਚੁੱਕੇ, ਫਿਰ ਜਦੋਂ ਤੁਹਾਨੂੰ ਟਿਕਟ ਮਿਲੀ ਫਿਰ ਕਿਹਾ ਦੇਖੋ ਜੀ ਇਹ ਹੁਣ ਫਸਾਉਣ ਲੱਗੇ ਨੇ ਜੀ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਨੇ ਜੀ, ਇਹਨਾਂ ਨੂੰ ਸਾਈਡ ਲਾਈਨ ਕੀਤਾ ਜਾ ਰਿਹਾ, ਪਤਾ ਨਹੀਂ ਇਹ ਤੁਸੀਂ ਕਿਵੇਂ ਇਹਨੂੰ ਸਮਝਦੇ ਹੋ? ਨਹੀਂ 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 ਦੇਖੋ, ਮੈਂ ਨੰਦਪ੍ਰੀਤ ਪਤਾ ਕੀ, ਅਸੀਂ
ਚਾਚਰ ਕਿੱਲਿਆਂ ਵਾਲੇ ਆਮ ਕਿਸਾਨਾਂ ਦੇ ਪੁੱਤ ਜੀ, ਜੇ ਅਰਵਿੰਦ ਕੇਜਰੀਵਾਲ ਜੀ ਪਾਰਟੀ ਨਾ ਬਣਾਉਂਦੇ, ਭਗਵੰਤ ਮਾਨ ਜੀ ਪੰਜਾਬ 'ਚ ਅਗਵਾਈ ਨਾ ਕਰਦੇ, ਅਸੀਂ ਲੋਕ MLA ਨਹੀਂ ਬਣ ਸਕਦੇ। ਅਸੀਂ ਮਿਹਨਤ ਬੜੀ ਕੀਤੀ ਪਾਰਟੀ, ਮੈਂ 26 ਦਸੰਬਰ 2015 ਨੂੰ ਸ਼ਾਮਿਲ ਹੋਇਆ ਪਾਰਟੀ, ਪਰ ਮੈਂ ਅੱਜ ਤੱਕ ਇੱਕ ਛੁੱਟੀ ਨਹੀਂ ਕੀਤੀ। ਮਿਹਨਤ ਬੜੀ ਕੀਤੀ, ਰਾਤ ਦਿਨ ਮੈਂ ਕੰਮ ਹੀ ਕਰਦਾ ਦਿੰਦਾ, ਪਰ ਮੈਨੂੰ ਪਾਰਟੀ ਨੇ ਬਹੁਤ ਕੁਛ ਦਿੱਤਾ। ਪਾਰਟੀ ਨੇ ਪਾਰਟੀ ਦੇ ਵੀ ਵੱਡੇ ਵੱਡੇ ਅਹੁਦੇ ਵੀ ਦਿੱਤੇ, ਔਰ ਫਿਰ ਮੈਨੂੰ ਟਿਕਟ ਦਿੱਤੀ, ਮੈਂ MLA ਬਣਿਆ। ਮੈਂ ਆਪੇ ਮੈਨੂੰ ਪਾਰਟੀ ਨੇ ਕੈਬਨਿਟ ਮਿਨਿਸਟਰ ਬਣਾਇਆ, ਔਰ ਮੈਂ 2 ਸਾਲ ਕੈਬਨਿਟ ਦੇ ਵਿੱਚ ਜਿਹੜੇ ਕੰਮ ਕੀਤੇ, ਮੇਰਾ ਮੰਨਣਾ ਇਹ ਆ, ਬੰਦਾ ਯਾਰ ਕੀ ਕਹਿੰਦੇ ਤੇ ਆ, 2 ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇਣਾ, ਬੰਦਾ ਦਿਸਣਾ ਚਾਹੀਦਾ ਕਿ ਕਰ ਰਿਹਾ ਕੁਛ। ਉਸ ਸਮੇਂ ਤੁਹਾਡਾ ਨੁਕਸਾਨ ਨਹੀਂ, ਮੈਂ ਤਾਂ ਨਹੀਂ ਸਮਝਦਾ ਕੋਈ ਨੁਕਸਾਨ ਕਰਦਾ, ਨੁਕਸਾਨ ਸਰ ਮੈਂ ਤਾਂ ਪਹਿਲਾ ਕਦਮ ਵਾਲਾ ਬੰਦਾ ਹੋਊਗਾ ਜਿਹੜਾ 5 ਸਾਲਾਂ 'ਚ MLA ਬਣ ਗਿਆ, ਮੰਤਰੀ ਬਣ ਗਿਆ, ਤਾਂ ਲੋਕ ਸਭਾ 'ਚ ਵੀ ਚੱਲਿਆ। ਅੱਛਾ, ਤੁਸੀਂ ਲੋਕ ਸਭਾ ਜਾਣ, ਤੁਹਾਨੂੰ ਲੱਗਦਾ ਤੁਸੀਂ ਜਿੱਤੋਗੇ? ਫਿਰ ਪੱਕਾ ਪੱਕਾ ਮੈਂ ਲੋਕ ਸਭਾ ਜਾ ਰਿਹਾ, ਦੇਖਿਓ ਹਰਾ ਹੀ ਨਹੀਂ ਸਕਦਾ ਕੋਈ, ਪਰਮਾਤਮਾ ਦੀ ਇੰਨੀ ਕਿਰਪਾ, ਕੰਮ ਹੀ ਇੰਨੇ ਕੀਤੇ, ਗੁਰੂ ਰਾਮਦਾਸ ਜੀ ਦੀ ਇੰਨੀ ਕਿਰਪਾ, ਹਰਦੇ ਜਿੱਤਾਂਗੇ। ਨਹੀਂ ਧਾਲੀਵਾਲ ਸਾਹਿਬ, ਪਰ ਇੱਥੋਂ ਪਹਿਲਾਂ ਮੈਂਬਰ ਪਾਰਲੀਮੈਂਟ ਨੇ ਜਿਹੜੇ, ਉਹ ਵੀ 2 ਵਾਰੀਆਂ ਦੇ ਨੇ, ਹੋਰ ਵੀ ਕਈ ਜਿਹੜੇ ਚਿਹਰੇ ਨੇ ਉਹ ਨਾਮੀ ਚਿਹਰੇ ਨੇ, ਵੱਡੇ ਨਾਮ ਨੇ ਦੇਸ਼ ਦੀ, ਮਤਲਬ ਤਰਨਜੀਤ ਸੰਧੂ ਸਾਹਿਬ ਦੀ ਗੱਲ ਕਰ ਲਓ, ਗੁਰਜੀਤ ਔਜਲਾ ਸਾਹਿਬ ਦੀ ਗੱਲ ਕਰ ਲਓ, ਅਨਿਲ ਜੋਸ਼ੀ ਸਾਹਿਬ ਦੀ ਗੱਲ ਕਰ ਲਓ, ਮਤਲਬ ਇੱਥੋਂ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਕੀ ਤੁਹਾਨੂੰ ਲੱਗਦਾ ਕਿ ਇਹ ਮੁਕਾਬਲਾ ਸਖ਼ਤ ਨਹੀਂ ਹੈ? ਸਰ ਸਵਾਲ ਇਹ ਹੈ, ਸਵਾਲ ਚਿਹਰੇ ਦਾ ਨਹੀਂ ਹੈ, ਸਵਾਲ ਕੰਮ ਦਾ ਕਿ ਤੁਹਾਡੀ ਰਿਪੋਰਟ ਕਾਰਡ ਕੀ, ਤੁਸੀਂ ਕੀਤਾ ਕੀ? ਚਲੋ ਸੰਧੂ ਸਾਹਿਬ ਉਹ ਹੁਣ ਵਿਜ਼ਨ ਦੱਸਦੇ ਆਪਣਾ ਕਿ ਮੈਂ ਜੀ ਏਦਾਂ ਅੰਬਸਰਦਾ ਕਰ ਦਿਆਂਗੇ, ਜੋ ਕਰ ਦਿਆਂਗੇ, ਬੜਾ ਚੰਗਾ ਵਿਜ਼ਨ ਦੱਸ ਰਹੇ ਨੇ ਸਰ। 10 ਸਾਲ ਦੇ 10 ਸਾਲ ਦਾ ਰਿਪੋਰਟ ਕਾਰਡ ਦੇਣ ਕਿ ਬੀਜੇਪੀ ਨੇ ਅੰਬਸਰ ਨੂੰ ਕੀ ਦਿੱਤਾ, ਬੀਜੇਪੀ ਦੇ ਕੈਂਡੀਡੇਟ ਦਿੰਦਾ ਉਹ, ਪਹਿਲਾਂ ਦੱਸਣ ਕਿ 10 ਸਾਲ ਉਹਨਾਂ ਦੀ ਸਰਕਾਰ ਰਹੀ ਹੈ, ਅੰਮ੍ਰਿਤਸਰ ਨੂੰ ਕੀ ਮਿਲਿਆ ਜੀ? ਇੱਥੋਂ ਜੇਤਲੀ ਇਲੈਕਸ਼ਨ ਜਿੱਤ ਕੇ ਗਿਆ, ਹਾਰ ਗਿਆ, ਭਾਵੇਂ ਵਿੱਤ ਮੰਤਰੀ ਬਣਿਆ, ਹਰਦੀਪ ਪੁਰੀ ਜੀ ਇੱਥੋਂ ਇਲੈਕਸ਼ਨ ਲੜ ਕੇ ਗਏ, ਸਾਨੂੰ ਸਰ 500 ਰੁਪਈਆ ਦਿੱਤਾ ਜੀ ਨੇ, ਉਹਨਾਂ ਦੇ ਵਿਜ਼ਨ ਨੂੰ ਕਰਨ, ਉਹ ਸਾਡੇ ਤੋਂ ਜ਼ਿਆਦਾ ਸਿਆਣੇ, ਵਿਜ਼ਨ ਤਾਂ ਮੈਂ ਵੀ ਬੜੇ ਦੇ ਦੂੰਗਾ, ਪਰ ਸਰ ਕੰਮ ਵੀ ਦੱਸਣ ਨਾ, ਅਸੀਂ ਆਪਣਾ ਰਿਪੋਰਟ ਕਾਰਡ ਲੈ ਕੇ ਜਾਣ ਡੇ, 2 ਸਾਲ ਸਰਕਾਰ ਦਾ ਰਿਪੋਰਟ ਕਾਰਡ ਲੈ ਕੇ ਜਾਣ ਡੇ, ਆਪਣਾ ਰਿਪੋਰਟ ਕਾਰਡ, ਮੈਂ ਆਪਣਾ ਨਾਲੇਜ 'ਚ ਜਿੰਨਾ 325 ਕਰੋੜ ਦਾ ਕੰਮ ਕਰਾਇਆ ਉਹਦਾ ਰਿਪੋਰਟ ਕਾਰਡ, ਮੈਂ ਤਾਂ ਇੱਕ ਠੋ ਕੇ ਕਹਿੰਦਾ ਕਿ ਮੈਂ 11,000 ਏਕੜ ਜ਼ਮੀਨ ਛਡਾਈ ਇੱਕ ਸਾਲ, ਇਹਨਾਂ ਨੇ 11 ਮਰਲੇ ਵੀ ਛਡਾਈ ਪੰਜਾਬ ਸਰਕਾਰ ਦੀ, ਕਿਤੇ ਮੈਨੂੰ ਦੱਬੀ ਇਹਨਾਂ ਨੇ ਕਿੰਨੀ ਆ ਉਹ ਮੈਂ ਅੱਜ ਤੋਂ ਬਾਅਦ ਦੱਸੋ ਤੁਹਾਨੂੰ, MP ਬਣ ਤੋਂ ਬਾਅਦ ਇਹਨਾਂ ਦੇ ਮਖੜੇ ਇਹਨਾਂ ਨੇ ਬੀਜੇਪੀ ਵਾਲਿਆਂ ਕਾਂਗਰਸ ਅੱਗੇ ਵੀ ਤਾਂ ਉਹਨਾਂ ਦੇ ਥੱਲੇ ਛਡਾਈ ਆ, ਇਹਨਾਂ ਦੇ ਵੇਖੋ ਕਿੰਨੀ ਦੱਬੀ ਕਿੰਨੀ ਕੱਢਦੇ ਆ। ਇੱਥੋਂ ਮੈਂਬਰ ਪਾਰਲੀਮੈਂਟ ਨੇ ਗੁਰਜੀਤ ਔਜਲਾ, ਉਹਨਾਂ ਨੂੰ ਤੁਸੀਂ ਕਿੰਨਾ ਕੁ ਫਾਈਟ 'ਚ ਮੰਨਦੇ ਹੋ? ਨਾ ਹੈ ਨਹੀਂ ਸਰ, ਜਿਹੜੇ ਪਹਿਲੇ 2 ਆ ਬੀਜੇਪੀ ਅਕਾਲੀ ਦਲ, ਉਹ ਤੇ ਤੀਜੇ ਚੌਥੇ ਨੰਬਰ ਤੇ ਆਉਣ ਦੀ ਲੜਾਈ ਲੜ ਰਹੇ ਆ। ਅੱਛਾ ਜੀ, ਹਾਂ ਵੀ ਤੀਜੇ ਦੇ ਕਿੰਨੇ ਉਹਨਾਂ ਦੇ ਚੌਥੇ ਦੇ ਕਿੰਨੇ ਆਉਣ, ਸਮਝਦਾ ਕਿ ਨਹੀਂ? ਦੋਵੇਂ ਔਜਲਾ ਸਾਹਿਬ ਅੱਜ ਤੋਂ 8 ਦਿਨ ਪਹਿਲਾਂ ਉਹ ਫਾਈਟ ਸੀਗੇ ਬੰਦਾ। ਅੱਛਾ ਜੀ, ਆਊਟ ਹੋ ਗਏ, ਰਹਿੰਦਾ ਖੁੰਦਾ ਅੱਜ ਵੀ ਆਊਟ ਹੋ ਜਾਣਗੇ, ਅਜਮਾਨ ਸਾਹਿਬ ਆ ਗਏ, ਪਰਸੋਂ ਕੇਜਰੀਵਾਲ ਸਾਹਿਬ ਆ ਗਏ, ਸਰ ਇਹ ਕੰਮ ਕੀ ਕੀਤਾ? ਅੱਜ ਰਾਹੁਲ ਗਾਂਧੀ ਵੀ ਆ ਰਹੇ ਨੇ। ਹਾਂ, ਕੰਮ ਕੀ ਕੀਤਾ? ਰਾਹੁਲ ਗਾਂਧੀ ਆ ਰਹੇ ਨੇ, ਉਹਨਾਂ ਦੇ ਲੀਡਰ ਆ ਰਹੇ ਨੇ, ਤੇ ਹੋ ਸਕਦਾ ਕਿ ਉਹਨਾਂ ਦੇ ਹੱਕ 'ਚ ਇੱਕ ਲਹਿਰ ਬਣ ਜੇ। ਮੈਂ ਕਿਹਾ ਤੁਸੀਂ ਲਹਿਰ ਕਾਹਦੇ ਦਾ ਬਣੋ ਸਰ, ਕੰਮਾਂ ਦਾ ਉਹਨਾਂ ਨੂੰ ਤਾਂ ਲੋਕ ਇੱਕੋ ਸਵਾਲ ਪੁੱਛੀ ਜਾਂਦੇ ਆ ਕਿ ਤੇਰੇ ਬੂਹੇ ਗਾੜੀ ਡਰੇਨ ਆ ਯਾਰ 7 ਕਿਲੋਮੀਟਰ ਲੰਬੀ, ਗੰਦੇ ਨਾਲੇ ਤੇ ਤੇਰਾ ਆਪਣਾ ਦਫ਼ਤਰ, ਗੰਦੇ ਨਾਲੇ ਤੇ ਤੇਰਾ ਘਰ ਆ, ਜਿੰਨੀਆਂ ਉੱਥੇ ਕਲੋਨੀਆਂ ਸਭ 'ਚ ਕੈਂਸਰ ਫੈਲਣ ਡੀ ਆ, ਕਿਡਨੀਆਂ ਲੋਕਾਂ ਦੀਆਂ ਫੇਲ ਹੋਣ ਡੀਆਂ, ਉੱਥੇ ਲੋਕਾਂ ਦੇ ਮਤਲਬ ਹਾਰਟ ਅਟੈਕ ਹੋ ਰਿਹਾ,
ਸਮਝ ਕੇ ਦਿਖਾ ਉਹ ਕੋ ਨਹੀਂ ਬਣੀ 7.5 ਸਾਲ ਦਿਆ ਉਹ ਇੱਕ ਡਰੇ ਨਹੀਂ ਬਣਾ ਸਕਿਆ ਅੰਬਰਸਰ 'ਚ ਕਿਹੜਾ ਪ੍ਰੋਜੈਕਟ ਲਿਆ ਉਹਦਾ ਕੀ ਉਹ ਕਰ ਦੂਗਾ ਸਰ ਦੁਨੀਆਂ ਬੜੀ ਸਿਆਣੀ ਹੋ ਗਈ ਹੁਣ ਹੁਣ ਨਹੀਂ ਹੁਣ ਉਹ ਕੰਮ ਦੀ ਹੈ ਹੁਣ ਲੋਕ ਸਿਆਣੇ ਆ ਲੋਕਾਂ ਨੂੰ ਪਤਾ ਯਾਰ ਕੰਮ ਕੌਣ ਕਰ ਕੰਮ ਨਹੀਂ ਕੀਤਾ ਇਹਨਾਂ ਲੋਕਾਂ ਨੇ ਏਦਾਂ ਵੋਟਾਂ ਨਹੀਂ ਪੈਂਦੀਆਂ ਭਾਵੇਂ ਜੋ ਮਰਜ਼ੀ ਧਾਲੀਵਾਲ ਸਾਹਿਬ ਅਨਿਲ ਜੋਸ਼ੀ ਸਾਹਿਬ ਇਹ ਗੱਲ ਕਹਿ ਰਹੇ ਨੇ ਕਿ ਉਹ ਇੱਥੇ ਜਦੋਂ ਮੰਤਰੀ ਸੀਗੇ ਉਦੋਂ ਉਹਨਾਂ ਨੇ ਬਹੁਤ ਕੰਮ ਕਰਾਏ ਮਜੀਠੀਆ ਸਾਹਿਬ ਉਹਨਾਂ ਦੇ ਨਾਲ ਨੇ ਤੇ ਉਹ ਵੀ ਕਹਿ ਰਹੇ ਨੇ ਕਿ ਦੇਖੋ ਅਸੀਂ ਹੁਣ ਜਿੱਤਣਾ ਇੱਥੋਂ ਚੰਗੀ ਗੱਲ ਤਾਂ ਇਹੀ ਹੈ ਕਿ ਮਜੀਠੀਆ ਸਾਹਿਬ ਉਹਨਾਂ ਨਾਲ ਰਹਿਣ ਬਾਬੇ ਦੀ ਕਿਰਪਾ ਮਜੀਠੀਆ ਸਾਹਿਬ ਪਹਿਲਾਂ ਜੇਤਲੀ ਸਾਹਿਬ ਨਾਲ ਇਹੋ ਜਿਹੇ ਬੋਗ ਕੀਤੇ ਗੱਲ ਹੀ ਛੱਡ ਦਿਓ ਫਿਰ ਪੁਰੀ ਸਾਹਿਬ ਨਾਲ ਹੀ ਉਹ ਬੋਗ ਲੈ ਇਹ ਜੋਸ਼ੀ ਖਾਂ ਆਪਣੇ ਘਰ ਲਿਖ ਕੇ ਦੇ ਦੂਗਾ ਆਪਣੇ ਦਾਦੇ ਪੋਤਿਆਂ ਨੂੰ ਵੀ ਜਿੱਥੇ ਮਜੀਠੀਆ ਆ ਜਾਓ ਉੱਥੇ ਨਾ ਜਾਇਓ ਉਹ ਕਿਉਂ ਮਜੀਠੀਆ ਨੂੰ ਕੌਣ ਲੋਕ ਲਾਈਕ ਕਰਦੇ ਯਾਰ ਲੋਕਾਂ ਦੇ ਯਾਰ ਪੁੱਤ ਬਾਰੇ ਕੌਣ ਕੌਣ ਇਹਨਾਂ ਨੂੰ ਲਾਈਕ ਕਰਦਾ ਮਜੀਠੀਆ ਨੂੰ ਉਹ ਮਜੀਠੀਆ ਪੋਲਟਿਕਸ ਗਈ ਜੀ ਸਾਰਾ ਬੜੂਈਆ ਰਹਿ ਗਏ ਕਰਦੀਆਂ ਕੱਢੀਆਂ ਮਾਝੇ ਦੇ ਜਰਨੈਲ ਕਹਿੰਦੀ ਹੈ ਕਿਹੜੀ ਪਾਰਟੀ ਹੈ ਕਿਤੇ ਪਾਰਟੀ ਸਾਰੀ ਛੱਡ ਗਈ ਪਾਰਟੀ ਦੇ ਸਾਰੇ ਬੰਦੇ ਛੱਡ ਗਏ ਪਾਰਟੀ ਦੇ ਪੰਜਾਬ 'ਚ ਹੈ ਹੀ ਨਹੀਂ ਕਿਤੇ ਸਾਰਾ ਬੜੂਈਆ ਦੋਵੇਂ ਜਣੇ ਉਹ ਤਾਂ ਕਰਦੀਆਂ ਗੱਡੀਆਂ ਤਾਂ ਗੱਡਾ ਤੋਂ ਡਰਾਈਵਰ ਆ ਸਭ ਤੱਕ ਦੀ ਗੱਲ ਉਹ ਕਿਤੇ ਸਾਰਾ ਚੱਲ ਜਾਂਦਾ ਕਿਤੇ ਜੀਜਾ ਚੱਲ ਜਾਂਦਾ ਦੋਵਾਂ ਨੇ ਲੱਗ ਕੇ ਪਾਰਟੀ ਦਾ ਸੱਤਿਆਨਾਸ਼ ਫੁੱਟਦਾ ਬੰਦਾ ਹੀ ਕੋਈ ਨਹੀਂ ਨਾਲ ਸਰ ਜੋਸ਼ੀ ਨੂੰ ਮਜੀਠੀਆ ਤੁਰਿਆ ਰਹੇ ਨੋਟ ਰੱਖਿਓ ਮੇਰੀ ਗੱਲ ਜੋਸ਼ੀ ਨੂੰ ਘੱਟੋ ਘੱਟ 20,000 ਵੋਟ ਘੱਟ ਪਊ ਮਜੀਠੀਆ ਕਰਕੇ ਮਜੀਠੀਆ ਹਲਕੇ ਤੋਂ ਨਾ ਨਾ ਮਜੀਠੀਆ ਕਰਕੇ ਸਾਰੇ ਸ਼ਹਿਰ 'ਚੋਂ ਸਾਰੇ ਸ਼ਹਿਰ 'ਚੋਂ ਹਾਂ ਅੱਛਾ ਬਈ ਉਹ ਤਾਂ ਜੋਸ਼ੀ ਨੇ ਬੜੇ ਥਾਵਾਂ 'ਤੇ ਗੱਲ ਕਹੀਦਾ ਉਹ ਬੋਲਦਾ ਜੋ ਕਈ ਮੈਨੂੰ ਵੀਡੀਓ ਸੁਣਾਈਆਂ ਲਿਆ ਕੇ ਉਹ ਬੋਲਦਾ ਕਹਿੰਦਾ ਜੀ ਪਾਰਟੀ ਨੂੰ ਵੋਟ ਨਾ ਪਾਇਓ ਮੇਰੇ ਚਿਹਰੇ ਨੂੰ ਪਾਇਓ ਕਿਉਂਕਿ ਲੋਕ ਕਹਿੰਦੇ ਸ਼ਹਿਰ ਦੇ ਕਿ ਤੂੰ ਯਾਰ ਮਜੀਠੀਆ ਹੋਣਾ ਤੁਰਿਆ ਫਿਰਦਾ ਸ਼ਹਿਰ ਦੇ ਲੋਕ ਥੋੜ੍ਹਾ ਚਾਹੁੰਦੇ ਵੀ ਇਹ ਜਿਨ੍ਹਾਂ ਨੇ ਪੰਜਾਬ ਦਾ ਬੜਾ ਗੱਲ ਕੀਤਾ ਇਹ ਲੋਕ ਆ ਕੇ ਉਹਨਾਂ 'ਤੇ ਦਖਲ ਦਰਜ ਕਰਨ ਪਰ ਧਾਲੀਵਾਲ ਸਾਹਿਬ ਸਵਾਲ ਤੁਹਾਡੀ ਪਾਰਟੀ ਦੇ ਲੀਡਰ ਵੀ ਚੱਕ ਰਹੇ ਨੇ ਕੁੰਵਰ ਵਿਜੇ ਪ੍ਰਤਾਪ ਨੇ ਕੱਲ੍ਹ ਹੀ ਉਹਨਾਂ ਨੇ ਕਿਹਾ ਕਿ ਤਲਵੀਰ ਗਿੱਲ ਨੂੰ ਸ਼ਾਮਿਲ ਕਰ ਲਿਆ ਇਹ ਗਲਤ ਹੋ ਰਿਹਾ ਪਾਰਟੀ ਦੇ ਵਿੱਚ ਉਹ ਪਹਿਲਾਂ ਵੀ ਉਹਨਾਂ ਨੇ ਸਵਾਲ ਉਠਾਏ ਸੀ ਨਸ਼ੇ ਦੇ ਮੁੱਦਿਆਂ ਨੂੰ ਲੈ ਕੇ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਨਹੀਂ ਨਹੀਂ ਇਹ ਤਾਂ ਮੇਰੀ ਗੱਲ ਵੀ ਹੋਈ ਉਹਨਾਂ ਨਾਲ ਮੈਂ ਉਹਨਾਂ ਕਿਹਾ ਸਰ ਆਸ਼ਾ ਰਹੇ ਨੇ ਪਾਰਟੀ ਤੋਂ ਨਹੀਂ ਨਹੀਂ ਮੈਂ ਤਾਂ ਕੰਮ ਕਰਦੇ ਪਰਸੋਂ ਤੁਹਾਨੂੰ ਸਪੋਰਟ ਕਰ ਰਹੇ ਨੇ ਉਹ ਪਰ ਪਾਰਟੀ ਤੋਂ ਪਰਸੋਂ ਉਹਨਾਂ ਦੇ ਹਲਕੇ ਫਿਰ ਮੀਟਿੰਗਾਂ ਪਾਤਾ ਨਾਰਾਜ਼ ਲੱਗ ਰਹੇ ਨੇ ਮੈਂ ਉਹਨਾਂ ਨੂੰ ਕੱਲ ਸਮਝਾਇਆ ਮੈਂ ਕਿਹਾ ਸਾਰੇ ਪਾਰਟੀ ਆ ਇਹ NGO ਨਹੀਂ ਹੈ ਕਿ ਕੁਲਦੀਪ ਧਾਲੀਵਾਲ ਨੇ ਜਾਂ ਮਤਲਬ ਇੱਕ ਬੰਦੇ ਕੋਲ ਚਾਬੀ ਆ ਵੀ ਕੋਈ ਬੰਦਾ ਉਹਦਾ ਆ ਨਹੀਂ ਸਕਦਾ ਜਿਹੜਾ ਚੰਗਾ ਬੰਦਾ ਟਿਕ ਜੂ ਜਿਹੜਾ ਨਹੀਂ ਚੰਗਾ ਉਹਨੇ ਆਪਣੇ ਵੀ ਚੱਲ ਜਾਣਾ ਕਈ ਆਏ ਹੁਣ ਤੱਕ ਅਸੀਂ ਮਤਲਬ 15 ਦੇ ਤੁਰੇ ਪਾਰਟੀ 'ਚ 8 ਸਾਲ 'ਚ ਅਸੀਂ ਕਈ ਵੇਖੇ ਜਿਹੜਾ ਕੋਈ ਇੱਦਾਂ ਦਾ ਹੁੰਦਾ ਵੀ ਸ਼ੇਖ ਮਹੀਨੇ ਕੱਢਦਾ ਕਹਾਂ ਜਾਂਦਾ ਸਮਝ ਲਈ ਉਹ ਪੋਲੀਟੀਸ਼ੀਅਨ ਨਹੀਂ ਬਣ ਸਕੇ ਅਫਸਰ ਵਾਂਗੂ ਹੀ ਵਿਚਰ ਰਹੇ ਨੇ ਹਜੇ ਤੱਕ ਨਹੀਂ ਇਮਾਨਦਾਰ ਬੰਦੇ ਚੰਗੇ ਬੰਦੇ ਪਰ ਅਜੇ ਅਜੇ ਮੈਂ ਕਈ ਦਾ ਸਾਹ ਉਹਨਾਂ ਨੂੰ ਮੇਰੇ ਦਾ ਕੰਮ ਕਰਦੇ ਆ ਨਾ ਵੀ ਲੋਕ ਰੇਟ ਅਜੇ ਵੀ ਜ਼ਿਆਦਾ ਉਹ ਜ਼ਿਆਦਾ ਨਾ ਉਹਨਾਂ ਨੂੰ ਪੋਲੀਟਿਕਸ ਦਾ ਬਹੁਤਾ ਉਹ ਨਹੀਂ ਹੈ ਪਰ ਉਹ ਇਮਾਨਦਾਰ ਹੈ ਵਧੀਆ ਬੰਦੇ ਆ ਇਹਦੀ ਗੱਲ ਸੰਪਰਕ ਚ ਰਹੇ ਇਸ ਕਰਕੇ ਵੀ ਨੁਕਸਾਨ ਹੋ ਜਾਂਦਾ ਵਰਕਰ ਕਹਿੰਦੇ ਨੇ ਸਾਡੀ ਸੁਣਵਾਈ ਨਹੀਂ ਹੋਈ ਸਾਡੀ ਸਰਕਾਰ ਸੀ ਜੀ ਇਹਨੂੰ ਲੈ ਕੇ ਤੁਹਾਨੂੰ ਲੱਗਦਾ ਸਾਡੀ ਪਾਰਟੀ 2-4% ਹੋਊਗੀ ਇਦਾਂ ਪਰ ਬਾਕੀ ਓਕੇ ਕੋਲ ਕੁੱਲ ਮਿਲਾ ਕੇ ਮਾਨ ਸਾਹਿਬ ਨੇ ਜਿਹੜੇ ਕੰਮ ਕੀਤੇ ਸਟੇਟ ਲੈਵਲ ਤੇ ਸੁਪਨਾ ਮੈਂ ਤੈਅ ਕੀਤਾ ਸੀਗਾ ਕਿ ਮੈਂ 700 ਕਰੋੜ ਦੇ ਕੰਮ ਕਰਾਉਣੇ ਅਜੇ 400 ਕਰੋੜ ਬਾਕੀ ਆ ਉਹ ਹੁਣ ਲਵਾਂਗੇ ਅਗਲੇ 3 ਸਾਲ ਅਜੇ ਸਰਕਾਰ ਉਹ ਚ ਲਵਾਂਗੇ ਆਪਾਂ ਕੋਈ ਗੱਲ ਨਹੀਂ ਪਰ ਮੈਂ ਅੰਮ੍ਰਿਤਸਰ ਜ਼ਿਲ੍ਹੇ ਲਈ ਵੀ
ਬਹੁਤ ਜ਼ਿਆਦਾ ਕੰਮ ਅੰਮ੍ਰਿਤਸਰ ਸਾਹਿਬ ਇਹਨਾਂ ਨੇ ਬੇੜਾ ਹੀ ਗੱਲ ਕਰਤਾ ਸ਼ਹਿਰ ਦਾ, ਸੀਵਰੇਜ ਪੂਰੇ ਸ਼ਹਿਰ ਦਾ ਬਰਬਾਦ ਹੋ ਗਿਆ। 75 ਸਾਲ ਹੋ ਗਏ ਜਿਹੜੇ ਤੁਹਾਨੂੰ ਮਤਲਬ ਇੱਧਰ ਜੋਸ਼ੀ ਸਾਹਿਬ ਲੋਕਲ ਬਾਡੀ ਮਿਨਿਸਟਰ ਹੈ, ਸਰ ਇਹਨਾਂ ਨੂੰ ਪੁੱਛੋਗੇ ਸੀਵਰੇਜ ਨਹੀਂ ਤੁਹਾਡੇ ਕੋਲ ਪਿਆ ਯਾਰ ਕੀ ਕਰੀ ਜਾਂਦੇ ਤੁਸੀਂ, ਅਸੀਂ ਲੋਕਾਂ ਨੂੰ ਸ਼ਹਿਰ 'ਚ ਕਹਿੰਦੇ ਹਾਂ ਯੂਨੀਵਰਸਿਟੀ ਬਣਾਵਾਂਗੇ ਜੀ ਆਹ ਬਣਾਵਾਂਗੇ, ਉਹ ਲੋਕ ਕਹਿੰਦੇ ਸਾਡਾ ਸੀਵਰੇਜ 'ਤੇ ਪਿਆ ਦਿਓ ਪਿਓ, ਸਾਨੂੰ ਪਾਣੀ ਦੇ ਚੰਗਾ ਦੇ ਦਿਓ, ਸਾਡੇ ਲਈ ਲੀਡਰਾਂ ਲਈ ਇਹ ਤਾਂ ਵੱਡੀ ਕਿੰਨੀ ਸ਼ਰਮ ਦੀ ਗੱਲ ਹੈ ਕਿ 75 ਸਾਲ ਬਾਅਦ ਲੋਕ ਸੀਵਰੇਜ ਮੰਗੀ ਜਾਂਦੇ ਆਪਣੇ ਕੋਲ, ਔਰ ਪੂਰੇ ਪੂਰੇ ਸ਼ਹਿਰ ਦੇ ਵਿੱਚ ਇਹ ਨਹੀਂ ਕਿ ਇੱਕ ਬਸ, ਔਰ ਮੈਨੂੰ ਸਭ ਤੋਂ ਪਹਿਲਾਂ ਸੀਵਰੇਜ ਦੀ ਲੜਾਈ ਲੜਨੀ ਪਊਗੀ ਇੱਥੇ। ਡਰੇਨ ਤੁਸੀਂ ਦੇਖੋ ਉਹ ਡਰੇਨ ਜਿੱਥੇ ਗਜੀਰ ਦੇ ਘਰ ਦੇ ਨਾਲ ਆ, ਡਰੇਨ ਨਹੀਂ ਬਣਾ ਸਕੇ ਯਾਰ। ਲੈ ਤਲੀਵਾਲ ਸਾਹਿਬ, ਮੰਨ ਲਓ ਤੁਸੀਂ 4 ਜੂਨ ਨੂੰ ਜਿੱਤ ਜਾਂਦੇ ਹੋ, ਮੈਂਬਰ ਪਾਰਲੀਮੈਂਟ ਤੁਸੀਂ ਬਣ ਜਾਂਦੇ ਹੋ, ਪਾਵਰ ਤੁਹਾਡੇ ਕੋਲ ਆ ਜਾਂਦੀ ਹੈ, ਫਿਰ ਤੁਸੀਂ ਉਹ ਕਿਹੜੇ ਕੰਮ ਹੋਣਗੇ 5-7 ਕੰਮ ਜਿਹੜੇ ਤੁਸੀਂ ਪਹਿਲ ਦੇ ਆਧਾਰ 'ਤੇ ਅੰਮ੍ਰਿਤਸਰ ਲੋਕ ਸਭਾ ਵਾਸੀਆਂ ਵਾਸਤੇ ਕਰਨਾ ਚਾਹੋਗੇ, ਕਿਉਂਕਿ ਤੁਹਾਡਾ ਪਾਕਿਸਤਾਨ ਦੇ ਨਾਲ ਲੱਗਦਾ ਹੋਇਆ ਲੋਕ ਸਭਾ ਹਲਕਾ ਹੈ? ਨਹੀਂ, ਮੈਂ ਤਾਂ ਇੱਕ ਤਾਂ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਜਿਹੜਾ ਉਦਯੋਗ ਹੈ ਜੀ ਅੰਮ੍ਰਿਤਸਰ 'ਚ, ਇੰਡਸਟਰੀ ਬਹੁਤ ਵੱਧ ਹੈ, ਇੱਕ ਮੈਂ ਮਤਲਬ ਚਾਹੁੰਦਾ ਕਿ ਉਦਯੋਗ ਅੰਮ੍ਰਿਤਸਰ 'ਚ ਵਾਪਸ ਜਿਹੜਾ ਨਾ ਉਹਨੂੰ ਲੈਣਾ, ਪਾਕਿਸਤਾਨ ਨਾਲ ਟ੍ਰੇਡ ਹੋਣਾ ਚਾਹੀਦਾ। ਹਾਂ ਬਿਲਕੁਲ ਹੋਣਾ ਚਾਹੀਦਾ। ਦੂਜਾ ਜਿਹੜਾ ਵਾਹਗਾ ਬਾਰਡਰ ਬੰਦ ਹੋਣ ਕਰਕੇ ਟ੍ਰੇਡ ਸਾਡੀ ਇੱਥੇ ਮਜੀਠ ਮੰਡੀ ਇੱਕ ਬਹੁਤ ਵੱਡੀ ਡਰਾਈ ਫਰੂਟ ਦੀ ਮੰਡੀ ਉਹ ਖਾਲੀ ਹੋ ਗਈ, ਵਾਹਗਾ ਬਾਰਡਰ ਦੇ ਨਾਲ ਸਾਡੇ 40 ਪਿੰਡ ਆ ਜਿਹੜੇ ਲੋਕ ਵਾਹਗਾ ਬਾਰਡਰ ਤੋਂ ਰੋਟੀ ਖਾਂਦੇ, ਕੁੱਲੀ ਕਈ ਕੁਝ ਛੋਟੀਆਂ ਛੋਟੀਆਂ ਦੁਕਾਨਾਂ ਦੇ, ਉਹ ਸਭ ਚਾਹੇ ਭੁੱਖੇ ਬਣ ਮਿਲ। ਉਦਯੋਗ ਟ੍ਰੇਡ, ਔਰ ਇੱਕ ਜਦੋਂ ਡਾਕਟਰ ਮਨਮੋਹਨ ਸਿੰਘ ਹੋਣੀ ਦੇਸ਼ ਦੇ ਪ੍ਰਧਾਨ ਮੰਤਰੀ ਸੀਗੇ, ਉਹਨਾਂ ਨੇ ਅੰਮ੍ਰਿਤਸਰ ਨੂੰ ਇੱਕ ਇੰਟਰਨੈਸ਼ਨਲ ਯੂਨੀਵਰਸਿਟੀ ਦਿੱਤੀ, ਇੱਕ ਏਮਸ ਦਿੱਤਾ, ਉਹ ਦੋਵੇਂ ਚੀਜ਼ਾਂ ਉਸ ਸਮੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਠਿੰਡੇ ਲੈ, ਉਹਦੇ ਤੁਹਾਡੇ ਜੋਸ਼ੀ ਸਾਹਿਬ ਵਿੱਚ ਕੈਬਨਿਟ ਮਿਨਿਸਟਰ ਸੀਗੇ, ਇਹ ਬੋਲੇ ਤੱਕ ਨਹੀਂ। ਅਤੇ ਮੈਂ ਮਤਲਬ ਚਾਹੁੰਦਾ ਕਿ ਇੱਕ ਇੰਟਰਨੈਸ਼ਨਲ ਯੂਨੀਵਰਸਿਟੀ ਜਿਹੜੀ ਉਹ ਇੱਥੇ ਲਿਆਂਦੀ ਜਾਵੇ, ਜਿਹੜੇ ਸਾਡੇ ਸਟੂਡੈਂਟ ਜਗਦੇਵ ਵਗੈਰਾ 'ਚ ਬਾਹਰ ਪੜ੍ਹ ਜਾਂਦੇ, ਕਿ ਉਹ ਬੰਦ ਹੋਵੇ ਇੱਥੇ ਪੜ੍ਹ। ਇੰਡੀਆ ਲੈਵਲ 'ਤੇ ਤੁਹਾਨੂੰ ਕੀ ਲੱਗ ਰਿਹਾ ਮੰਤਰੀ ਸਾਹਿਬ, ਕੀ ਤੁਹਾਨੂੰ ਲੱਗਦਾ ਕਿ ਐਨਡੀਏ ਜਿੱਤੂ ਜਾਂ ਇੰਡੀਆ ਗੱਠਜੋੜ ਜਿੱਤੂ? ਨਹੀਂ, ਮੈਨੂੰ ਲੱਗਦਾ ਇੰਡੀਆ ਗੱਠਜੋੜ। ਕਿਵੇਂ ਜਿੱਤੂਗਾ? 400 ਪਾਰ ਦੀ ਗੱਲ ਮੋਦੀ ਸਾਹਿਬ ਕਰ ਰਹੇ ਨੇ, ਪੰਜਾਬ 'ਚ ਆ ਕੇ ਗਏ ਨੇ, ਉਹ ਚੱਕਰ ਲਾ ਕੇ ਗਏ ਨੇ, ਤੇ ਉਹ ਕਹਿ ਰਹੇ ਨੇ ਉਹ ਕਹਿੰਦੇ ਕਿ 400 ਪਾਰ ਬਾਅਦ ਮੈਨੂੰ ਲੱਗਦਾ 150 ਤੋਂ ਟੱਪਣ, ਬਹੁਤ ਵਧੀਆ ਹਾਲਤ ਹੈ ਬੀਜੇਪੀ ਦੀ। ਉਹ ਤਾਂ ਹਵਾਈ ਕਿਲੇ ਸਾਜਦਾ ਨਾ, ਮੋਦੀ ਵੀ ਝੂਠ ਮਾਰਨ ਨੂੰ ਸਭ ਤੋਂ ਵਧੀਆ ਗਪੌੜੀ ਸੰਖਿਆ ਉਹ ਇੰਡੀਆ ਦੇ ਵਿੱਚ। ਹਾਂ, ਉਹ ਵੀ ਮਤਲਬ ਇੱਦਾਂ ਚੀਜ਼ ਵੇਚਦਾ ਨਾ, ਉਹਦਾ ਕਿ ਵੱਡੇ ਉਹ ਸਟੋਰ ਦਾ ਮਾਲਕ ਹੋਣਾ ਚਾਹੀਦਾ, ਕਿੱਦਾਂ ਉਹ ਚੀਜ਼ ਵੇਚਦਾ ਸੁਰਖੀ ਪਾਊਡਰ ਲਾ ਕੇ, ਉਹਨੂੰ ਸੁਰਖੀ ਪਾਊਡਰ ਲਾਉਣ ਦੇ ਵਿੱਚ ਬਹੁਤ ਹੱਕ ਹੈ। ਕੀ ਕੀਤਾ ਕੀ ਜਦੋਂ ਆਏ, ਕਹਿੰਦੇ ਬੰਦਾ 1,00,000 ਰੁਪਈਆ ਦੇਵਾਂਗੇ ਜੀ, 2 ਕਰੋੜ ਸਾਲ ਦੀ ਨੌਕਰੀ ਦੇਵਾਂਗੇ ਜੀ, ਹਰ ਜ਼ਿਲ੍ਹੇ 'ਚ ਇੰਡਸਟਰੀ ਲਿਆਵਾਂਗੇ ਜੀ, ਹਰ ਜ਼ਿਲ੍ਹੇ 'ਚ ਯੂਨੀਵਰਸਿਟੀ ਬਣਾਵਾਂਗੇ ਜੀ, ਕਿੱਥੇ ਹੈ ਜੀ ਦੱਸੋ, ਡਰਾਮੇਬਾਜ਼ੀ ਆ। ਉਦੋਂ ਜਦੋਂ ਆਏ ਗੁਜਰਾਤ ਦਾ ਬਾਰਡਰ ਲੈ ਕੇ ਆਏ, ਹੁਣ ਪਤਾ ਨਹੀਂ ਕਿਹੜਾ ਮਾਲ ਰਹੀ ਹੁਣ ਮੋਦੀ ਦੀ ਕਿਸੇ ਗੱਲ ਦਾ ਯਕੀਨ ਨਹੀਂ, ਉਹ ਹਰ ਰਹੇ ਬਹੁਤ ਮੋਦੀ ਤੋਂ। ਮੰਤਰੀ ਸਾਹਿਬ, ਤੁਹਾਡੇ ਵਿਰੋਧੀ ਇੱਕ ਗੱਲ ਇਹ ਹਮੇਸ਼ਾ ਕਹਿ ਰਹੇ ਨੇ ਕਿ ਜੀ ਆਮ ਆਦਮੀ ਪਾਰਟੀ ਨੇ ਮੰਤਰੀਆਂ ਦੇ ਦਾਸ ਕਰਕੇ ਖੇਡਿਆ, ਵੀ ਇਹ ਜੇ ਹਾਰ ਗਏ ਫਿਰ ਇਹਨਾਂ ਨੂੰ ਮੰਤਰੀ ਵੀ ਨਹੀਂ ਬਣਾਉਣਾ, ਇਹ ਸਾਈਡਲਾਈਨ ਵੀ ਕਰਦੇ ਨੇ ਆ, ਅਤੇ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਇਹ ਮੰਤਰੀ ਦੇ ਤੌਰ 'ਤੇ ਤਾਂ ਫੇਲ ਹੋ ਗਏ, ਹੁਣ ਇਹਨੇ ਮੈਂਬਰ ਪਾਰਲੀਮੈਂਟ, ਇਹਨਾਂ ਨੂੰ ਕਿਉਂ ਚੁਣਿਆ ਜਾਵੇ? ਇਹ ਵੀ ਇੱਕ ਸਵਾਲ ਹੈ। ਕੌਣ ਕਿਹਦਾ ਫੇਲ ਹੋ ਗਿਆ? ਵਿਰੋਧੀ ਪਾਰਟੀ ਕਾਂਗਰਸੀ ਹੋਣ ਚਾਹੇ ਕਾਂਗਰਸ ਦੇ ਪੁੱਛੋ ਤੁਸੀਂ ਕੀ ਕੀਤਾ ਜੀ, ਉਹਨਾਂ ਕੋਲ ਕੁਲਦੀਪ ਧਾਲੀਵਾਲ ਨੇ 11,000 ਏਕੜ ਜ਼ਮੀਨ ਚੜਾਈ, ਤੁਸੀਂ 11 ਮਰਲੇ ਵਿੱਚ ਰਹਿ ਗਏ ਨੇ, ਕਿੱਥੋਂ ਫੇਲ ਹੋਇਆ ਜੀ ਕੁਲਦੀਪ ਧਾਲੀਵਾਲ? ਇੱਕ ਕੁਲਦੀਪ ਧਾਲੀਵਾਲ ਹੈ ਜਿੰਨੇ ਇਹਨਾਂ ਦੇ ਕਹਿੰਦੇ 9 NRI ਮਿਲੀਆਂ ਕਰਕੇ 1,500 ਕੇਸ ਹੱਲ ਕਰਤਾ, ਤੁਸੀਂ ਇੱਕ ਵੀ ਕੀਤਾ ਲਿਆਓ ਕੱਢ ਕੇ? ਇਹ ਕੁਲਦੀਪ ਧਾਲੀਵਾਲ ਹੈ ਜਿਹਦਾ ਐਗਰੀਕਲਚਰ ਮਿਨਿਸਟਰ ਸੀ, ਬਾਸਮਤੀ ਦੇ ਉੱਤੇ ਜਿਹੜੀ ਆ ਕੀਟਨਾਸ਼ਕ ਦਵਾਈਆਂ ਦੀ ਸਪਰੇਅ ਹੁੰਦੀ, 10 ਦਵਾਈਆਂ ਦੀ ਪਾਬੰਦੀ ਲਾਈ, ਅੱਜ ਸਾਡੀ ਬਾਸਮਤੀ ਦਾ ਰੇਟ 4,000 ਤੋਂ ਉੱਪਰ ਹੈ, ਉਦੋਂ 2,200 ਸੀਗਾ।
ਫੇਲ ਕਿੱਥੋਂ ਜੀ, ਦੱਸੋ ਜਰਾ ਕਿਹੜੀ ਗੱਲ 'ਤੇ ਫੇਲ ਹੋ ਗਏ? ਫੇਲ ਨਹੀਂ ਗਏ, ਪਾਸ ਆ ਸਰ, 2 ਸਾਲ ਦਾ ਕੰਮ ਦੇਖੋ ਤੁਸੀਂ। ਉਹ ਲੋਕ ਸਭਾ ਜਾਣ ਦਿਓ, ਇਹੀ ਲੋਕ ਕਹਿਣਗੇ ਕਿ ਯਾਰ ਵਾਕਿਆ ਕਮਾਲ ਕਰਤੀ ਬੰਦਿਆਂ ਨੇ। ਧੰਨਵਾਦ ਸਰ। ਪਹਿਲਾਂ ਇੱਦਾਂ ਹੁੰਦੀ ਸੀ, ਸੈਟਿੰਗ ਜੀ ਹੋ ਜਾਂਦੀ ਸੀ, ਹਾਲਾਂਕਿ ਕੋਈ ਲੀਡਰ ਮੰਨਦਾ ਨਹੀਂ ਇਸ ਤਰ੍ਹਾਂ ਕਿ ਹਰ ਇਲੈਕਸ਼ਨ ਦੇ ਵਿੱਚ ਹੁੰਦਾ ਕਿ ਇੱਥੇ ਤੂੰ ਸਾਨੂੰ ਫਾਇਦਾ ਦੇ ਦੇ, ਉੱਥੇ ਅਸੀਂ ਤੁਹਾਨੂੰ ਫਾਇਦਾ ਦੇ ਦਾਂਗੇ। ਤੁਹਾਡੀ ਹੋਈ ਸੈਟਿੰਗ ਕਿਸੇ ਨਾਲ? ਨਹੀਂ, ਮੈਂ ਜਦ ਸੈਟਿੰਗ ਮੇਰੀ ਪੂਰੀ ਉਮਰ ਕਿਸੇ ਦਾ ਸੈਟਿੰਗ ਨਹੀਂ ਹੋਈ ਇਸ ਹੁੰਦਾ ਗੱਲ। ਮੈਂ ਅੱਛਾ ਇੱਕ ਗੱਲ ਹੋਰ ਹੈ ਵਿਰੋਧੀਆਂ ਦੀ, ਉਹ ਕਹਿ ਰਹੇ ਕਿ ਮੰਤਰੀ ਜ਼ੋਰ ਵੀ ਘੱਟ ਲਾ ਰਹੇ ਨੇ, ਉਹ ਚਾਹੁੰਦੇ ਨੇ ਵੀ ਅਸੀਂ ਨਾ ਜਿੱਤੀਏ। ਕੌਣ ਜ਼ੋਰ ਘੱਟ ਲਾ ਰਹੇ? ਪਤਾ ਨਹੀਂ, ਮੈਂ 17 ਮਾਰਚ ਦੀ ਕੰਪੇਨ ਸ਼ੁਰੂ ਕੀਤੀ ਸੋਲੋ, 422 ਮੀਟਿੰਗਾਂ ਕਰਤੀਆਂ, ਨੁੱਕੜ ਮੀਟਿੰਗਾਂ ਕਿਸੇ ਪੰਜਾਬ ਦੇ ਕੈਂਡੀਡੇਟ ਨੇ ਕੀਤੀਆਂ ਤਾਂ ਲਿਆਓ, 422 ਰੋਜ਼ ਦੀਆਂ 12-12 13-13, ਔਰ ਹਰ ਹਲਕੇ ਦੇ ਵਿੱਚ 9 ਦੇ 9 ਹਲਕਿਆਂ 'ਚ 4-4 ਕੰਪਲੀਟ ਗੇੜੇ, 5ਵਾਂ ਅੱਧਾ ਗੇੜਾ ਲਾਤਾ। ਸਰ ਮੈਂ ਤਾਂ ਜੀਣਾ ਨਾਮ ਕੀਤਾ ਇਹਨਾਂ ਦਾ, ਸਵੇਰੇ ਨਿਕਲਦਾ ਘਰੋਂ ਰਾਤ ਨੂੰ 12:30 ਦੇ ਘਰ ਜਾਂਦਾ ਵਾਪਸ। ਆਪਾਂ ਮਿਹਨਤ ਵਾਲੇ ਬੰਦੇ ਹਾਂ ਜੀ, ਸੈਟਿੰਗ ਸੁਟਿੰਗ ਨਹੀਂ ਕਰਦੇ ਆਪਾਂ, ਨਾ ਸੈਟਿੰਗ ਕਰਨੀ ਆਉਂਦੀ ਹੈ ਸਾਨੂੰ ਸੋਲੋ ਕਰ। ਹਾਂ ਮੰਤਰੀ ਸਾਹਿਬ, ਪੰਜਾਬ ਦੇ ਕੁਝ ਲੀਡਰਾਂ ਦੇ ਜਾਂ ਫਿਰ ਦੇਸ਼ ਦੇ ਲੀਡਰਾਂ ਦੇ ਮੈਂ ਨਾਂ ਲਊਂਗਾ, ਉਹਨਾਂ ਬਾਰੇ ਤੁਸੀਂ ਕੀ ਸੋਚਦੇ ਹੋ ਇੱਕ ਸ਼ਬਦ ਦੇ ਵਿੱਚ? ਨਰਿੰਦਰ ਮੋਦੀ? ਨਰਿੰਦਰ ਮੋਦੀ। ਅਰਵਿੰਦ ਕੇਜਰੀਵਾਲ? ਅਰਵਿੰਦ ਕੇਜਰੀਵਾਲ ਕਿਤੇ ਦੇਸ਼ ਦਾ ਪ੍ਰਧਾਨ ਮੰਤਰੀ ਬਣ ਜਾਵੇ ਤੇ ਦੇਸ਼ ਹੀ ਸੁਧਰ ਜਾਵੇ। ਰਾਹੁਲ ਗਾਂਧੀ? ਰਾਹੁਲ ਗਾਂਧੀ ਤਾਂ ਫੇਲ ਹੋ ਚੁੱਕਾ, ਸਭ ਨੂੰ ਪਤਾ ਯਾਰ, ਕਿੰਨੇ ਮੌਕੇ ਮਿਲ ਗਏ, ਕਿੰਨੀਆਂ ਇਲੈਕਸ਼ਨ ਆ ਗਈਆਂ ਉਹਨਾਂ ਦੀ ਅਗਵਾਈ 'ਚ। ਐਕਚੁਲੀ ਮਤਲਬ ਜਿਹੜਾ ਰਾਹੁਲ ਗਾਂਧੀ ਦੇ, ਮੈਨੂੰ ਉਹਦੇ 'ਚ ਨਹੀਂ ਲੱਗਦਾ, ਉਹਦੇ ਬਸ ਪਹਿਲਾਂ ਮੈਨੂੰ ਲੱਗਦਾ ਹੁੰਦਾ ਸੀ, ਪਰ ਉਹਦੇ ਬਸ ਦੀ ਗੱਲ ਨਹੀਂ। ਸੁਖਬੀਰ ਬਾਦਲ? ਬਾਦਲ ਹੋਣੀ ਤੇ ਉੱਥੋਂ ਨੌਲੇਜ ਦੀਆਂ ਮੱਝਾਂ ਹੋਊ, ਇਹਨਾਂ ਦਾ ਕੋਈ ਰੇਟ ਹੀ ਨਹੀਂ ਹੋਣੇ, ਇਹਨਾਂ ਨੂੰ ਕੌਣ ਪੁੱਛਦਾ ਬਾਦਲ, ਖਤਮ ਹੋ ਗਿਆ ਕੰਮ। ਪ੍ਰਤਾਪ ਸਿੰਘ ਬਾਜਵਾ? ਬਿਲਕੁਲ ਜੀਰੋ। ਓਕੇ, ਵੈਲ ਐਜੂਕੇਟਡ ਝੂਠਾ ਬੰਦਾ, ਚੀਟਰ, ਵੈਲ ਐਜੂਕੇਟਡ ਚੀਟਰ, ਵੇਖ ਸੁਣਿਆ ਕਿਸੇ ਤੁਸੀਂ? ਮੈਂ ਉਹਦੇ ਲਈ ਸ਼ਬਦ ਵਰਤਦਾ, ਪੜ੍ਹਿਆ ਲਿਖਿਆ ਝੂਠ ਮਾਰਨ ਵਾਲਾ ਬੰਦਾ, ਉਦੋਂ ਦੀਆਂ 90% ਗੱਲਾਂ ਝੂਠੀਆਂ ਹੁੰਦੀਆਂ ਜਿਹੜੀਆਂ ਬੋਲਣ ਦੇ ਅੰਦਰ, ਉੱਥੇ ਇੱਕ ਕਾਂਗਰਸੀ ਵਿਸ਼ਵਾਸ ਨਹੀਂ ਕਰਦਾ, ਉਹਦੀ ਖੱਬੀ ਬਾਂਹ ਨੂੰ ਪਤਾ ਇਹਦੇ ਅੰਦਰ ਕੀ ਹੈ, ਸੱਜੀ ਨੂੰ ਪਤਾ, ਉਹ ਇੰਨਾ ਬੇਅਤਵਾਦਾ ਬੰਦਾ ਕਿਸੇ ਨਾਲ ਖਲੋ ਨਹੀਂ ਸਕਦਾ। ਹਰ ਬੰਦੇ ਨਾਲ ਉਹਨੇ ਧੋਖਾ ਕੀਤਾ ਪੰਜਾਬ 'ਚ, 1 ਦਾ ਧੋਖੇਬਾਜ਼ ਆ। ਰੋਡ ਸ਼ੋ ਤੇ ਕਿੱਦਾਂ ਦੁਨੀਆਂ ਸੜਕਾਂ ਤੇ ਹੁੰਦੀ ਆ, ਉਹਦੇ ਪੰਜਾਬ ਦੇ ਲੋਕਾਂ ਦੇ ਦਿਲਾਂ ਤੇ ਵਸਦਾ। ਕੁਲਦੀਪ ਧਾਲੀਵਾਲ? ਕੁਲਦੀਪ ਧਾਲੀਵਾਲ ਮਿਹਨਤੀ ਬੰਦਾ ਯਾਰ, ਆਪਾਂ ਦੇ ਲੋਕਾਂ ਦੇ ਆ, ਨਿਮਾਣੇ ਦੇ ਬੰਦੇ ਆ, ਕੰਮ ਕਰਦੇ ਆ ਲੋਕਾਂ ਦੀ ਪੋਲਿਟਿਕਸ ਆ, ਲੋਕਾਂ ਦੀ ਸਿਆਸਤ ਕਰਦੇ। ਅਖੀਰ 'ਚ ਅੰਮ੍ਰਿਤਸਰ ਲੋਕ ਸਭਾ ਸੀਟ ਦੇ ਜਿਹੜੇ ਵੋਟਰ ਨੇ, ਉਹਨਾਂ ਨੂੰ ਤੁਹਾਡਾ ਕੀ ਸੁਨੇਹਾ? ਨਹੀਂ, ਉਹਨਾਂ ਨੂੰ ਇਹ ਸੁਨੇਹਾ ਕਿ ਤੁਸੀਂ ਮਤਲਬ ਜਿਹੜਾ ਹੁਣ ਤੱਕ ਅੰਮ੍ਰਿਤਸਰ ਦੀ ਧਰਤੀ ਤੁਸੀਂ ਕਾਂਗਰਸ ਨੂੰ ਵੋਟਾਂ ਪਾ ਕੇ ਦੇ ਲਈਆਂ, ਬੀਜੇਪੀ ਨੂੰ ਪਾ ਕੇ ਦੇ ਲਈਆਂ, ਤੁਸੀਂ ਅਕਾਲੀ ਦਲ ਨੂੰ ਪਾ ਕੇ ਦੇ ਲਈਆਂ, ਸਮਝਦੇ ਕਿ ਨਹੀਂ ਗੱਲ? ਇੱਕ ਵਾਰ ਪੰਜਾਬ ਨੂੰ ਵੋਟ ਪਾ ਦਿਓ, ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੀ ਲੜਾਈ ਲੜ ਰਿਹਾ। ਉਹਨਾਂ ਨੇ ਤਾਂ ਪਾਈਆਂ ਨੇ 22 'ਚ ਪਾਤੀਆਂ, ਹੁਣ ਲੜਾਈ ਦੀ ਲੋੜ ਹੈ, ਦਿੱਲੀ ਨਾਲ ਲੜਾਈ ਦੀ ਲੋੜ ਹੈ, ਦਿੱਲੀ ਪੰਜਾਬ ਨਾਲ ਲਗਾਤਾਰ ਵਿਤਕਰਾ ਕਰਦੀ ਆ, ਹੁਣ ਪੰਜਾਬ ਬਚਾਉਣਾ ਦਿੱਲੀ ਵਾਲਿਆਂ ਨੂੰ। ਇੱਕ ਵਾਰ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਪੰਜਾਬ ਲਈ ਵੋਟ ਮਾਰੋ, ਤੁਹਾਨੂੰ ਰਿਜ਼ਲਟ ਦਿਆਂਗੇ ਜਿੱਦਾਂ 2 ਸਾਲ ਦੇ ਦਿੱਤੇ, ਤੁਹਾਨੂੰ ਇੱਦਾਂ ਹੀ ਲੋਕ ਸਭਾ ਦੇ ਵੀ ਦਿਆਂਗੇ ਰਿਜ਼ਲਟ, ਸਮਝਦੇ ਕਿ ਨਹੀਂ? ਹਾਂ, NRS ਦਾ ਕੀ ਬਣੇਗਾ ਤਾਲੀਵਾਲ ਸਾਹਿਬ? ਇਹਨਾਂ ਦਾ ਹੀ, ਹਾਂ ਮੈਂ ਤੇਰੇ ਦਾ ਇੱਕ ਹੋਰ ਗੱਲ ਕਹਿਣੀ ਚਾਹੁੰਦਾ, MP ਬਣ ਗਏ ਅਤੇ ਸਰ ਜਿਹੜਾ ਉੱਥੇ ਫਲੈਟ ਫਲੂਟ ਮਿਲੂ, ਕੁਛ ਨਾ ਕੁਛ ਮਿਲੂਗਾ ਜੀ, ਸੌਣ ਲਈ ਕੁਝ ਦੇਣਗੇ ਦਿੱਲੀ 'ਚ, ਜਿਹੜਾ ਕੁਝ ਮਿਲਿਆ ਸਰ ਉੱਥੇ NRI ਲਈ ਕੰਟਰੋਲ ਰੂਮ ਬਣਾ ਦਿਓ।
ਅੱਛਾ ਉੱਥੇ ਵੀ ਤੁਸੀਂ ਉਹ ਤੁਸੀਂ ਵੱਖਰਾ ਕੰਮ ਕਰੋਗੇ? ਨਾ ਨਾ, ਐਜ ਐਮ ਪੀ ਜੋ ਉਹਨਾਂ ਨੂੰ ਪ੍ਰੋਬਲਮਾਂ ਹੋ ਗਈਆਂ ਜੀ ਇਹਨਾਂ ਦੀਆਂ ਕਰਾਂਗੇ, ਕਿਉਂਕਿ ਮਾਨ ਸਾਹਿਬ ਨੇ ਜਦੋਂ ਐਮ ਪੀ ਸੀਗੇ ਇੰਨੇ ਲੋਕਾਂ ਦੇ ਮਸਲੇ ਹੱਲ ਕੀਤੇ ਉੱਥੇ, ਕਿਉਂਕਿ ਸਾਰੇ ਉੱਥੇ ਦੇ ਵਿਦੇਸ਼ ਮੰਤਰਾਲਾ ਉੱਤੇ, ਗ੍ਰਹਿ ਮੰਤਰਾਲਾ ਉੱਤੇ, ਸਭ ਕੁਝ ਉੱਥੇ ਆ। ਅਤੇ ਮੈਂ ਤਾਂ ਜੀ ਇਹਨਾਂ ਦਾ ਹੀ, ਮੈਂ ਖੁਦ ਇਹਨਾਂ ਦਾ ਹੀ ਸੀਗਾ, ਮੇਰੀ ਫੈਮਿਲੀ ਕੈਲੀਫੋਰਨੀਆ, ਅਤੇ ਮੈਂ ਤਾਂ ਸੋਚਿਆ ਜੇ ਕਿ ਫਲੈਟ ਦਾ ਬੇਟੇ ਨਹੀਂ ਆਏ ਤੁਹਾਡੇ ਮਤਲਬ ਪ੍ਰਚਾਰ ਕਰਨ? ਨਹੀਂ ਆਏ, ਨੌ ਤੇ ਬੇਟਾ ਦੋਵੇਂ ਕਰਦੇ ਕਰ ਰਹੇ ਨੇ, ਕਰਦੇ ਉਹਨਾਂ ਕੋਈ ਨਾਲ ਹਲਕਾ ਲੱਗੇ ਆ ਪੂਰੇ ਇਹਨਾਂ ਦਾ ਹੀ। ਇਹਦਾ ਉਹ ਹੈੱਡਕੁਆਰਟਰ ਬਣਾਉਣਾ ਜੀ ਆਪਣਾ ਘਰ ਦੇ। ਅੱਛਾ, ਫਲੈਟ ਨੂੰ ਤੁਸੀਂ ਬਣਾ ਦਿਓ? ਮੈਂ ਕਿਹਾ ਇਹਨਾਂ ਦਾ ਹੀ ਆਇਆ ਕਰਨਗੇ, ਆਪਣਾ ਕੰਮ ਕਾਰ ਜੋ ਵੀ ਉੱਥੇ ਦੱਸਿਆ ਜਾਂਦਾ ਕਰਾਂਗੇ। ਕੰਮ ਤਾਂ ਆਪਾਂ ਪੰਜਾਬ ਸਰਕਾਰ ਦੇ ਰਾਹੀਂ ਕਰਾਉਣੇ ਆ ਜਾਂ ਦਿੱਲੀ ਸਰਕਾਰ ਨਾਲ ਕਰਾਉਣੇ, ਪਰ ਉਹਨਾਂ ਸੌਖਾ ਹੋ ਜਾਊ, ਆਪਾਂ ਦਿੱਲੀ 'ਚ ਬੈਠੇ ਹੋਵਾਂਗੇ ਤੇ ਉੱਥੇ ਪੂਰਾ ਜਿੱਦਾਂ ਕੰਟਰੋਲ ਰੂਮ ਆਪਾਂ ਚੰਡੀਗੜ੍ਹ ਬਣਾਉਂਦੇ ਨਾ, ਉੱਥੇ ਪੂਰਾ ਕੰਟਰੋਲ ਰੂਮ ਬਣਾ ਕੇ ਵਧੀਆ ਦੋ ਤਿੰਨ ਮੁੰਡੇ ਰੱਖ ਕੇ, ਕਿਸੇ ਇਹਨਾਂ ਦਾ ਇਹਨੂੰ ਦੁਨੀਆਂ ਦੇ ਵਿੱਚ ਕਿਸੇ ਕੋਨੇ 'ਚ ਜੇ ਮਤਲਬ ਜਿਹੜੀ ਆ ਉਹਨਾਂ ਨੂੰ ਕੋਈ ਉਹਨਾਂ ਦੀ ਸ਼ਿਕਾਇਤ ਹੋਊ ਜਾਂ ਸਮੱਸਿਆ ਹੋਊ, ਸਰ ਕੁਲਦੀਪ ਧਾਲੀਵਾਲ ਉੱਥੇ ਬੈਠਾ ਉਹਨਾਂ ਦੀਆਂ। ਮੈਂ ਭਗਵੰਤ ਮਾਨ ਦਾ ਸਿਪਾਹੀ, ਉਹ ਵੀ ਇਹਨਾਂ ਦਾ ਬਹੁਤ ਪਿਆਰ ਕਰਦਾ, ਮੇਰਾ ਬਹੁਤ ਪਿਆਰ ਹੈ, ਅਤੇ ਇੰਨਾ ਦਾ ਹੀ ਇਹਨੂੰ ਨਹੀਂ ਤੰਗੀ ਆਉਂਦਾ ਨਹੀਂ ਭਾਵੇਂ ਜੋ ਕਰਾਂਗੇ ਇਹਨਾਂ ਦਾ। ਬਹੁਤ ਸ਼ੁਕਰੀਆ ਸਮਾਂ ਦਿੱਤਾ, ਧੰਨਵਾਦ। ਤੁਹਾਡਾ ਵੀ ਬਹੁਤ ਧੰਨਵਾਦ, ਤੁਸੀਂ ਆਇਓ ਇਲੈਕਸ਼ਨ ਦੇ ਵਿੱਚ, ਇੰਨੀ ਗਰਮੀ ਦੇ ਵਿੱਚ ਟਾਈਮ ਕੱਢ ਕੇ ਆਇਓ ਜੀ, ਧੰਨਵਾਦ। ਤੁਹਾਡਾ ਧੰਨਵਾਦ, ਤੁਸੀਂ ਰੁਕ ਕੇ ਸਾਨੂੰ ਆਪਣੇ ਚੋਣ ਪ੍ਰਚਾਰ ਨੂੰ ਰੋਕ ਕੇ ਸਮਾਂ ਦਿੱਤਾ, ਤੁਹਾਡਾ ਬਹੁਤ ਧੰਨਵਾਦ, ਸ਼ੁਕਰੀਆ ਜੀ। ਸ਼ੁਕਰੀਆ, ਓਕੇ ਬਾਏ। ਕੁਲਦੀਪ ਸਿੰਘ ਧਾਲੀਵਾਲ ਸਾਹਿਬ ਦੇ ਨਾਲ ਆਪਾਂ ਗੱਲਬਾਤ ਕਰ ਰਹੇ ਸੀ, ਚੋਣ ਪ੍ਰਚਾਰ ਦੇ ਕੁਝ ਦਿਨ ਬਾਕੀ ਨੇ, ਪਰ ਹਰ ਇੱਕ ਉਮੀਦਵਾਰ ਵੱਲੋਂ ਪੂਰਾ ਜ਼ੋਰ ਲਾਇਆ ਜਾ ਰਿਹਾ, ਨੈਸ਼ਨਲ ਪੱਧਰ ਦੇ ਲੀਡਰ ਆ ਰਹੇ ਨੇ, ਪੰਜਾਬ ਦੇ ਜਿਹੜੇ ਲੀਡਰ ਨੇ ਵੱਡੇ ਉਹ ਵੀ ਵੱਖ ਵੱਖ ਹਲਕਿਆਂ 'ਚ ਜਾ ਕੇ ਪ੍ਰਚਾਰ ਕਰ ਰਹੇ ਨੇ। 1 ਤਰੀਕ ਨੂੰ ਪੰਜਾਬ ਦੇ ਵੋਟਰਾਂ ਨੇ ਡਿਸਾਈਡ ਕਰਨਾ ਕਿ ਉਹ ਕਿਸ ਨੂੰ ਚੁਣ ਕੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਭੇਜਦੇ ਨੇ। 4 ਤਰੀਕ ਨੂੰ ਅਸੀਂ ਨਤੀਜਿਆਂ ਦੇ ਰੂਪ ਦੇ ਵਿੱਚ ਵੇਖਾਂਗੇ। ਫਿਲਹਾਲ ਤੁਸੀਂ ਜੁੜੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ ਦੇ ਨਾਲ, ਮੈਨੂੰ ਅਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ, ਧੰਨਵਾਦ।